ਕਿੰਨੇ ਬੁਲਾਇਆ ਮੈਨੂੰ? ਮੈਂ ਨਹੀਂ ਬੁਲਾਇਆ ਤੁਹਾਨੂੰ। ਕਿੰਨੇ ਬੁਲਾਇਆ? ਤੁਹਾਡੇ ਪਿਓ ਨੇ ਬੁਲਾਇਆ। ਕਿਹੜੇ ਨੇ? ਤੁਹਾਡੇ ਆਪਣੇ ਤਾਏ ਆਪਣੇ ਕਿਹੜੇ ਨੇ? ਇਹ ਸਭੂ ਨੇ। ਮੈਂ ਤੈਨੂੰ ਬੁਲਾਇਆ ਤੇਰੇ ਪਿਓ ਨੇ। ਵਾਈ ਯੂ ਆਰ ਕਾਲਿੰਗ ਮੀ? ਓਏ ਨਾ ਮੁਰਾਦਾ, ਕੰਮ ਕਰ, ਮੇਰਾ ਹੁਕਮ ਹੀ। ਪੁਸ਼ਪਾ ਮੈਂ ਚੁੱਕੇਗਾ ਨਹੀਂ ਸਾਲਾ। ਉਹ ਕਿਹੜਾ ਪੁਸ਼ਪਾ ਚੁੱਕੇਗਾ? ਓ ਨਾ ਮੁਰਾਦਾ, ਉਹ ਕੰਮ ਕਰ, ਉਹ ਤੇਰੀ ਭੈਣ ਜਵਾਨ ਹੋ ਗਈ ਹੈ। That is not our mistake. And she is totally out of control. What I should do? ਓਏ ਨਾ ਮੁਰਾਦਾ, ਉਹ ਭੈਣ ਦਾ ਵਿਆਹ ਨਹੀਂ ਕਰਨਾ। ਉਹਨੂੰ ਅੰਡੇ ਖਵਾ ਕਰਮ ਹੋ ਕੇ ਪਈ ਦੇ ਮੈਂ ਹੋ ਜੀ। ਓਏ ਉਹ ਤੈਨੂੰ ਮੈਂ ਜੰਮ ਕੇ ਪਛਤਾਉਣ ਡਿਆ ਨਾ ਮੁਰਾਦਾ। ਮੈਂ ਆਪਕੋ ਕੋਈ ਮੈਸੇਜ ਨਹੀਂ ਕੀਤਾ ਥਾ ਕਿ ਮੁਝੇ ਜਾਮੇ। You were enjoying with my mom and there is a result. Pushpa. Okay na Pushpa. Main chukega nahi sala. Chuki hi na sara gand dhul jane. Na chuki Pushpa. O tu changa bhala sona hona si je en time te teri walda trip na kar dinde. Pushpa. Eh gal kar reha Pushpe nu. Pushpa ji. Pushpe te khusre di patto ar shlal di. Oye hoye. A pehle attention te mangda si. Eh dinda si. Pushpa. ਚਿਹਰੇ ਪੈਦਾ ਕੀਤੇ। ਸੂਰਤ ਤੇਰੇ ਵਰਗਾ ਬੱਚਾ ਜਮੀਆਂ ਵਾਲੀ ਚ ਪੈਦਾ ਹੁੰਦਾ ਈ ਨਹੀਂ ਤੇ ਭਾਈ ਵਾਲੀ ਚ। ਮੈਂ ਚੁੱਕੇਗਾ ਨਹੀਂ ਸਾਲਾ। ਕਿਹੜਾ ਚੁੱਕੇਗਾ ਓਏ? ਅੱਬਾ ਦਿਲ ਤੇ ਕਰਦਾ ਹਾਂ ਤੇਰੇ ਮੂੰਹ ਚ ਮੂੰਹ ਪਾ ਕੇ ਤੈਨੂੰ ਸਜ਼ਾਏ ਮੌਤ ਦੇ ਦਿਆਂ। ਓ ਤੈਨੂੰ ਮੈਂ ਜੰਮ ਕੇ ਪਛਤਾਉਣ ਡਿਆ, ਇਸ ਤੋਂ ਵੱਡੀ ਸਜ਼ਾ ਕੀ ਹੋ ਮੈਨੂੰ? ਇਹ ਬਦਮਾਸ਼ੀ ਅਸੀਂ ਨਹੀਂ ਛੱਡਣੀ ਅੱਬਾ। ਕਿਉਂ ਨਹੀਂ ਛੱਡਣੀ? ਇਹ ਸਾਡੀ ਖਾਨਦਾਨੀ ਵਿਰਾਸਤ ਹੈ। ਖਾਨਦਾਨੀ ਤੇ ਨਾਲੇ ਗੱਲ ਜ਼ਿਹਨ ਚ ਰੱਖੀ, ਮੈਨੂੰ ਜੋ ਮਰਜ਼ੀ ਕਹੀਂ, ਮੇਰੇ ਫਟੇ ਲਾਲ ਨੂੰ ਕੁਛ ਨਾ ਕਹੀਂ। ਓਏ ਉਹਨੂੰ ਬੁਲਾ, ਕੁਛ ਨਾ ਕਹੀਂ। ਮੈਂ ਬੁਲਾ ਲੈਣੀ ਜੋ ਵੀ ਸਹੀ। ਭੈਣ ਦੀ ਬੁਟੀਕ ਪਵਾ ਲਈ ਪਹਿਲਾਂ ਮੇਰੀ ਤੇ ਵੇਖ ਲੈ ਮੇਰੀ ਲੁੱਟੋ ਲੱਗੀ ਹੋਇਆ, ਫਿਰ ਤੂੰ ਆਪਣੀ ਅੱਗੇ ਰੱਖ ਲਈ। ਉਹ ਕੰਜਰੇ ਉਹਨੇ ਕਿਹੜਾ ਬਾਹਰ ਆਉਣਾ, ਉਹਨੇ ਦਾਣਾ ਸੁੱਟ ਦੇਣਾ ਸੀ। ਐਸਾ ਜ਼ਾਲਮ ਹੈ, ਤੈਨੂੰ ਬੜੀ ਲੁੱਟੋ ਦੀ ਪਈ ਨਾ ਸੁਣ। ਐਸਾ ਜ਼ਾਲਮ ਹੈ, ਮੇਰੀ ਮਾਂ ਦੀ ਗੋਡੀ ਚੀਤੇ ਤੇ ਲੱਗੀ ਹੋਣੀ, ਇਹਨੇ ਫਿਰ ਵੀ ਮਾਰ ਤੜੀ। ਆਪਣੇ ਮਾਂ ਨਾਲ ਦੱਸੀ ਲੁੱਡੋ ਖੇਡਦਿਆਂ ਕੋਈ ਸੁਣਾਣੇ ਸੁਣਾਣਾ ਲੁੱਡੋ ਥੱਲੇ ਲੱਗਦਾ ਐਸਾ ਜ਼ਾਲਮ ਆਦਮੀ, ਜਦੋਂ ਸਿੱਧਾ ਪਾਸਾ ਖੇਡ ਲੈਣਾ ਤੇ ਪੁੱਠਾ ਕਰ ਲੈਣਾ।
ਮਾਰਦਾ ਸੀ ਉਹ ਫਿਰ ਪੰਜਾਂ ਤੇ ਆ ਜਾਂਦੀ ਸੀ। ਬੜਾ ਜ਼ਾਲਮ ਹੈ ਤੂੰ, ਮੈਂ ਤੈਨੂੰ ਜਾਣਨਾ ਪਾਪਾ। ਓ ਪਿਓ ਮੈਂ ਤੇਰਾ ਨਾਮ ਲਾਦਾ, ਉਹ ਤੇਰੀਆਂ ਸ਼ਿਕਾਇਤਾਂ ਆਉਂਦੀਆਂ ਮੈਨੂੰ। ਅੱਬੂ ਬੇਟੇ ਉਹ ਆ ਮੇਰਾ ਪੁੱਤਰ, ਤੂੰ ਜੰਮੇ ਨੇ ਬਦਮਾਸ਼ ਤੇ ਹੌਸਲਾ ਕਰ ਜ਼ਰਾ, ਨਾਲੇ ਔਲਾਦ ਜੰਮ, ਤੂੰ ਤਾਂ ਮੁਲਕ ਦੇ ਖਿਲਾਫ ਸਾਜ਼ਿਸ਼ ਕਰੀ ਜਾਣਦੇ ਆ। ਇਹ ਬੱਚਾ ਜੰਮਣ ਵਾਲਾ ਐਵੇਂ ਹਬਸ਼ੀਆਂ ਵਰਗੇ ਮੈਂ ਨਕਸ਼ ਨੇ ਉਹਦੇ, ਕ੍ਰਿਸ ਗੇਲ ਦੀ ਕੱਛ ਵਰਗਾ ਮੂੰਹ ਹੈ, ਉੱਤੋਂ ਇਹਦੀ ਕਟਿੰਗ ਵੇ ਲੱਗਦਾ ਲੱਗਦਾ ਸਾਲਾ ਕਿਸੇ ਨੇ ਗੋਂਗ ਨੂੰ ਪੁੱਠਾ ਪੁੱਟਿਆ। ਤੈਨੂੰ ਪਤਾ ਹੈ ਕਿੱਥੇ ਪੈਦਾ ਹੋਇਆ? ਕਿੱਥੇ? ਜਿੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਉੱਥੇ ਪੈਦਾ ਹੋਇਆ। ਇਹ ਬੱਚਾ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ, ਉਹਨਾਂ ਦੀ ਤਾੜੀਆਂ। ਕੈਸਾ ਮੁਲਕ ਬਣਾ ਗਿਆ ਬੱਬਰ ਸ਼ੇਰ ਬਾਬਾ। ਹਾਂਜੀ, ਖੁਦਾ ਦੀ ਕਸਮ ਹੈ, ਸਲੂਟ ਹੈ ਉਹਦੀ ਅਜ਼ਮਤ ਨੂੰ। 74 ਸਾਲਾਂ ਤੁਹਾਨੂੰ ਖਾਣ ਡੇ, ਲੁੱਟਣ ਡੇ, 12 ਰੁਪਈਏ ਇਕੱਠੇ ਵਧਾਉਣ ਡੇ, ਉਹ ਫਰਕ ਹੀ ਨਹੀਂ ਪੈਣ ਡਿਆ। ਅਮਾਨ ਨਾਲ ਐਡਾ ਬੱਬਰ ਸ਼ੇਰ ਨੇ ਮੁਲਕ ਬਣਾਇਆ, ਲੇਕਿਨ ਇਸ ਕੌਮ 'ਚ ਇੱਕ ਕੰਮ ਅੱਛਾ ਕੀਤਾ, ਇਹ ਤਬਦੀਲੀ ਸਰਕਾਰ ਨੇ। ਅੱਛਾ ਜੀ, ਅਮਾਨ ਨਾਲ ਜਿਹੜੀ ਗੱਲ ਸੱਚੀ ਕਰਨੀ। ਕਿਹੜੀ ਜੀ? ਇਹ ਸਾਡੇ ਸਿੱਖ ਭਰਾ, ਹਾਂਜੀ, ਸਾਡੇ ਸਰਦਾਰ ਭਰਾ, ਇਹਨਾਂ ਦੀ ਰਾਹਦਾਰੀ ਖੋਲ੍ਹ ਦਿੱਤੀ ਅਤੇ ਖੋਲ੍ਹ ਉਹਨੇ 22 ਕਰੋੜ ਆਵਾਮ ਦੀ ਵੀ ਦਿੱਤੀ। ਮੁਹੱਲੇ 'ਚ ਮੈਨੂੰ ਕੁੱਟਿਆ ਮਾਨ ਨਾਲ ਲੋਕਾਂ ਨੇ, ਕਹਿੰਦੇ ਤੂੰ ਕਹਿੰਦਾ ਸੀ PTI ਨੂੰ ਵੋਟ ਪਾ। ਮੈਂ ਬੜਾ ਹੌਸਲਾ ਦਿੱਤਾ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦੇ ਹਾਂ ਬਾ, ਕਾਇਦੇ ਆਜ਼ਮ ਸਾਹਿਬ ਨੇ ਕਿੱਡਾ ਅੱਛਾ ਕੰਮ ਕੀਤਾ। ਬੜਾ ਅੱਛਾ ਕੰਮ ਕੀਤਾ। ਇਹ ਤੂੰ ਕੀ ਕੀਤਾ? ਸ਼ਹਿਨਸ਼ਾਹ ਅਫਰੀਦੀ ਨੇ ਲਾਹੌਰ ਕਲੰਦਰ ਨੂੰ ਚੁੱਕ ਕੇ ਕਿੱਥੇ ਲੈ ਗਿਆ? ਕਿੱਡਾ ਅੱਛਾ ਕੰਮ ਕੀਤਾ। ਆ ਤੂੰ ਕੀ ਕੀਤਾ? ਉਹ ਤੇਰੇ ਤੇ ਉਮੀਦ ਨਹੀਂ ਸੀ, ਟਾਈਮ ਵੀ ਪੂਰਾ ਲਿਆ, ਹਰਕਤ ਕੀ ਕੀਤੀ? ਮੈਨੂੰ ਤੇ ਇੱਕੋ ਹੀ ਗੱਲ ਦੀ ਟੈਨਸ਼ਨ ਖੱਦ ਜਾਂਦੀ ਲਾਲਾ। ਉਹ ਕੀ ਪੁੱਤਰ? ਕਾਇਦੇ ਆਜ਼ਮ ਸਾਹਿਬ ਵੀ ਇਸ ਦੁਨੀਆ 'ਤੇ ਨਹੀਂ ਰਹੇ। ਬਿਲਕੁਲ। ਅਲਾਮਾ ਇਕਬਾਲ ਸਾਹਿਬ ਵੀ ਇਸ ਦੁਨੀਆ 'ਚ ਨਹੀਂ ਰਹੇ। ਬਿਲਕੁਲ। ਜ਼ੁਲਫਕਾਰ ਅਲੀ ਭੁੱਟੋ ਸਾਹਿਬ ਵੀ ਇਸ ਦੁਨੀਆ 'ਚ ਨਹੀਂ ਰਹੇ। ਅੱਛਾ। ਮੇਰੀ ਤਬੀਅਤ ਵੀ ਠੰਡੀ ਮੱਠੀ ਰਹੀ। ਉਹ ਤੇਰੀਆਂ ਸ਼ਿਕਾਇਤਾਂ ਆਉਂਦੀਆਂ ਨਾ ਮੁਰਾਦਾ। ਪੁੱਤਰ ਜੰਮੇ ਹੀ ਉਹ ਵੀ ਬਦਮਾਸ਼ ਥੋ ਕਰ। ਹਜੇ ਤੇ ਇੱਥੇ ਕਪਾ ਕਪ ਹੋਣਾ, ਹਜੇ ਤੇ ਇੱਥੇ ਪਸਤੌਲ ਕੱਢ ਕੇ ਡਜ਼ਲਾ ਡਜ਼ਲਾ ਹੋਣੇ ਨੇ, ਹਜੇ ਤੇ ਤੈਨੂੰ ਡਾਲੇ 'ਚ ਉਹਨਾਂ ਨੇ ਘਸੀਟ ਕੇ ਸੁੱਟਣਾ, ਇੰਜ ਗਿਰੇ ਬਾਂਹ ਤੋਂ ਫੜ ਕੇ ਵਿੱਚ ਡਾਲੇ ਤੇ ਪਾ ਕੇ ਲੈ ਕੇ ਜਾਣਾ। ਹੋਸ਼ ਕਰ ਪੁੱਤਰ ਜੰਮੇ ਹੀ, ਹੋਸ਼ ਕਰ, ਹੋਸ਼। ਮੈਂ ਤੇ ਕਹਿਣਾ ਇਹਨੂੰ ਡਰੈਕਟ ਹੀ ਮੌਤ ਤੇ, ਇਹਨੂੰ ਮੇਰੇ ਹੋਂਟ ਚੁਮਾ ਚੁਮਾ। ਗੰਦੀ ਔਲਾਦ, ਉਹ ਕੁੜੀਆਂ ਨੂੰ ਛੇੜਦਾ, ਬਦਮਾਸ਼ੀ ਕਰਦਾ ਤੂੰ। ਕਿਹੜੀ ਕੁੜੀ ਤੇ ਕਿਹੜੀ ਕੁੜੀ ਤੇ ਦੱਸਾ? ਇਸ ਪੂਰੇ ਇਲਾਕੇ 'ਚ ਕਿਸੇ ਦੀ ਜ਼ਰੂਰਤ ਨਹੀਂ ਕਿ ਜੱਗੂ ਤੇ ਬੱਗੂ ਤੇ ਕੋਈ ਇਲਜ਼ਾਮ ਚੁੱਕੇ, ਉਹਨੂੰ ਜਿਉਂਦੇ ਜੀ ਮਾਰ ਦੇਵਾਂਗੇ। ਤੈਨੂੰ ਨਹੀਂ ਪਤਾ ਆਪਾਂ ਸਾਡਾ ਕੌਣ ਹੈ ਜਿਹੜਾ ਸਾਡੇ ਖਿਲਾਫ਼ ਗਵਾਹੀ ਦੇਗਾ? ਕਿਹੜੀ ਕੁੜੀ ਸੀ? ਆ ਜਾ ਜਿਹੜਾ ਸੀ ਮੈਂਗੋ ਤੇ ਬਸ। ਹੁਣ ਰਾਜ਼ੀ ਹੋ ਸਾਰੇ? ਇਹ ਸ਼ਿਕਾਇਤ ਲੈ ਕੇ ਆਈ, ਦਿਲ ਨਾ ਛੱਡੋ, ਬੜੀ ਬੜੀ ਬੱਚੀ ਭਰਤੀ ਕੀਤੀ। ਮੁਸਲਮਾਨੋ, ਇਹਨੂੰ ਸਿਰਫ ਇਹ ਨਿਮਕੋ ਹੀ ਸਮਝੋ, ਕਿਉਂਕਿ ਸਾਦੀਆਂ ਤੁਹਾਨੂੰ ਵਿਖਾ ਨਹੀਂ ਸਕਦੇ। ਉਹ ਕਿਉਂ? ਕੌਣ ਤੁਹਾਨੂੰ ਜੀਟੀ ਰੋਡ ਤੋਂ ਫੜ ਕੇ ਲਿਆਏਗਾ? ਐਨੇ ਨਹੀਂ, ਤੇਰਾ ਤੇ ਕਾਰਡ ਵੇਖਦੇ ਨੇ। ਹਲਾ ਇਹਨੂੰ ਪੁੱਛੇ ਕੌਣ ਹੈ ਤੇ ਕੌਣ ਹੈ ਬੱਬਾ। ਇਹ ਸ਼ਿਕਾਇਤ ਆਈ ਆ ਨਹੀਂ, ਹੋਰ ਕੀ ਸ਼ਿਕਾਇਤ ਆਈ? ਹਾਂਜੀ, ਹੋਰ ਕੀ ਕੀ ਹੋਣਾ? ਕੀ ਲੈਣ ਆਈ ਆ? ਨਹੀਂ, ਮੈਂ ਸ਼ਿਕਾਇਤ ਲੈ ਕੇ ਆਈ ਆ। ਹਾਂ, ਮੈਂ ਤੈਨੂੰ ਛੇੜਿਆ? ਨਹੀਂ, ਤੇਰਾ ਜਿਹੜਾ ਵੀ ਮਜ਼ਹਬ ਹੈ ਤੈਨੂੰ ਉਹਦੀ ਕਸਮ ਹੀ। ਮੈਂ ਪੁਸ਼ਪਾ ਕਿ ਮੰਗੋਲਾਂ ਦੀ ਨਸਲ ਚੋਂ ਮੈਂ ਸਹੀ ਦਾ ਛੇੜਿਆ ਜਾਂ ਨਹੀਂ? ਆਈ ਸਵੇਅਰ ਮਾਈ ਮਮ, ਮੈਂ ਨਹੀਂ ਛੇੜਿਆ। ਜੇ ਤੂੰ ਵੀ ਨਹੀਂ ਛੇੜਿਆ, ਮੈਂ ਵੀ ਨਹੀਂ ਛੇੜਿਆ, ਤੇ ਕਿੰਨੇ ਛੇੜਿਆ ਤੈਨੂੰ? ਤੁਹਾਡੇ ਪਿਓ ਨੇ। ਵਾਹ ਬਈ ਵਾਹ, ਫੇਰ ਲੁੱਡੋ ਖੇਡਣਾ ਚਾਹ ਰਿਹਾ ਜੇ? ਦਾਣੇ ਦੇ ਬੇੜੇ ਗਰਕ ਹੋ ਗਏ, ਫੇਰ ਵੀ ਖੇਡਣਾ ਚਾਹ ਰਿਹਾ? ਓਏ ਬਾ, ਤੈਨੂੰ ਜੋ ਪਤਾ ਪਾਣੀ ਦੂਰ ਸਮੁੰਦਰੋਂ ਆਉਂਦਾ, ਉਹ ਫੇਰ ਕਿਉਂ? ਓਏ ਭਰੇ ਮੁਆਸ਼ਰੇ ਦੇ ਵਿੱਚ ਪੁਸ਼ਪੇ ਦਾ ਮੂੰਹ ਚਿੱਟਾ ਕਰਾਤਾ ਹੀ ਚਿੱਟਾ ਕਾਲਾ ਤੇ ਪਹਿਲੇ ਹੀ ਹੈ ਨਾ। ਤੂੰ ਕਿਤੇ ਝੂਠ ਤੇ ਨਹੀਂ ਬੋਲ ਰਹੀ? ਮੇਰੇ ਸਾਹਮਣੇ ਜੱਗੂ ਤੇ ਬੱਗੂ ਖਲੋਤੇ ਨੇ, ਸਾਡੇ ਪਿਓ ਨੇ ਤੈਨੂੰ ਛੇੜਿਆ? ਨਹੀਂ। ਹਾਂ, ਮੇਰੀ ਮਾਂ ਨੂੰ ਛੇੜਿਆ। ਯਾਨੀ ਡੇਟ ਐਕਸਪਾਇਰਿਸ਼ ਚੱਲ ਰਿਹਾ ਹੈ, ਦੋਨੋਂ ਤਰਫ ਆਗ ਬਰਾਬਰ ਹੈ ਬੁਝੀ ਹੋਈ। ਹੋ ਨਹੀਂ ਪੁੱਤਰ, ਝੂਠ ਬੋਲਣ ਨਹੀਂ ਹੈ। ਕਿੱਥੇ ਛੇੜਿਆ ਉਹਨੇ? ਇਹ ਉਹਨੂੰ ਛੱਤ ਤੇ ਚੜ ਕੇ ਛੇੜਦਾ ਹੈ। ਯਾਨੀ ਕਿ ਯੂ ਆਰ ਬੈਨ ਪੇਸ਼ਿੰਗ ਔਨ ਦਾ ਰੂਫ? ਮੈਂ ਝੁਕੇਗਾ ਨਹੀਂ। ਉਹ ਕਿਹੜਾ ਝੁਕੇਗਾ? ਬਸ ਕਰ। ਬਹੁਤ ਵੈਸੇ ਦੁੱਖ ਵਾਲੀ ਗੱਲ ਹੈ, ਹੁਣ ਬਦਮਾਸ਼ਾਂ ਨੂੰ ਕੁਝ ਕਰਨਾ ਪੈਣਾ। ਐਡੀ ਪ੍ਰਾਊਡ ਕਿਉਂ ਹੈ ਤੂੰ? ਖੈਰ, ਕਿਉਂ ਨਾ ਹਾਂ,
खूबसूरत हाँ जिन्हें असं खूबसूरत वेखिया नहीं सालिए सची मुची नरगस ना मोटे ना मोटा जोड़ के काम किया सोनी वेख लो छोटे बच्चे पैंपर लाया हो ना तो अचानक पिछों फुल जाए वो अर्गा मूँह है तेरा मेरे पट्टा वर्ग का मूह निकले लाला चिट्टे ड्रामे ना ड्रामा रहा मेरा सची मुची तू आसा कड़ाता ओदे मुंह नूं ते छड्ड तेरे सची मुची मैं हुणी पट वेखे ने दस ना है ना चॉकलेटी नहीं नहीं लेकिन एक गल दसा पट उथे करा ला मुंह इथे करा ला बगैर इहदी सेहत वेख लाला कसम चुकी तेनू खलियां पै गईआं ओदा वेख गलत दस सूट भी अच्छा पाया है जुत्ती भी अच्छी पाई वाल भी मेकअप भी रंग भी चिट्टा फिर नहीं सोहनी लगन दे की मौत पई तेन है कैसा चौकस बकरी वर्गा दा बोल फिर भी तेरी अपना शाहरुख थैंक यू आ वेख बदमाश होके सलाके च साडा रो भी साडे प्यो ने तेरी मां नु छेड़े है असी तेरे को हाथ जोड़ के माफी मांगने है नहीं 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 मैं ते कपड़े फाड़ांगी खुदा दा वास्ता ही कपड़े ना पाड़ी तेरा की मतलब है मुसलमान है भी बैठे ने एक जज्बे के तहत आए ने केड़े जज्बे के तहत बैठे ने जज्बा है सेक्सुअल वतनी कुड़िए जो भी सदे प्यो ने गलती की है असी तेरे को माफी चाहते हैं तेरे गोडे नु हाथ लाने माफ कर दे मैं गोडे उत्ते नहीं उत्ते ने के थले ने थले मेनू जरा जल्दी वाह सदके जावा क्या निच मारन तो पहले वर्गा मुंह इतरा फिर गोडिया नु हाथ ला दे नहीं उड़े ने इथे माफ कर दे सानू तेरे के हाथ जोड़ने हैं माफ कर दे नहीं करना मैं कपड़े फाड़ांगी मैं कपड़े फाड़ांगी इनफ पार कपड़े ओए हेलो पार कपड़े होया की आज पुष्पा इथे लोकेशन देखेगा मतलब ज़ूम आउट करके वेख दे ने तू नहीं बात है ना नहीं पार कपड़े नहीं पार कपड़े नहीं